जी सत श्री अकाल ते नाले जिहड़ी तुहाडी हुण ड्यूटी बणदी आ चैनल नूं सबसक्राइब कर दो एदां उंगल मार के नाले बैल आइकोन बणिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जाऊ सो कर लो सबसक्राइब। वाहेगुरु 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 पन्ने जल्दी कर बैठे होने पन्ने। अच्छा चलो जा जल्दी आ जल्दी कर जल्दी पहले ही मैं लेट हो जा रहा हूं जल्दी स्टार्ट कर गाड़ी चलिए। हाँ जी हाँ जी बाय सरदार साहब आज गुरुद्वारे नहीं जाना जी। तेन पता नहीं पहले ही मैं लेट हाँ तेरे सामने का फोन से गल कर रहा मैं 15 मिनट रह गए अपने को पटियाले पहुंचना अपने नाभे तो ठीक है सरदार साहब। चल पाने गल सुन ये काम भी नबेड़ के चलते हैं गुरुद्वारा गड्डी साइड ते ला। अच्छा जी तेरी मम्मी दा सुभाए बड़ा अथरा ते मैं हां बड़ी लाटा ना पड़ी पन्ना जी तो यार आवाज हल्ली कर थोड़ी जी उसका सॉन्ग बंद कर थोड़ी जी मेरी फोन आ रहा है मेरा पन्ना जी स्लो करो फोन नु ਨੇ ਤੈਨੂੰ ਕਿੰਨੀ ਵਾਰ ਕਿਹਾ ਯਾਰ ਸਵੇਰੇ ਸ਼ਬਦ ਸ਼ੁਭ ਚਲਾ ਲਿਆ ਕਰ ਸਵੇਰੇ ਸਵੇਰੇ ਸ਼ਬਦਾਂ ਦੀ ਵਾਰ ਕੰਨਾਂ ਨੂੰ ਪੈਣੀ ਚਾਹੀਦੀ ਹੈ। ਵਾਹਿਗੁਰੂ ਅੰਨਾ ਜੀ ਆ ਸ਼ਬਦ ਬੰਦ ਕਰੋ ਯਾਰ ਸ਼ਬਦਾਂ ਦੀ ਆਵਾਜ਼ ਆ ਰਹੀ ਹੈ ਮੇਰਾ ਫੋਨ ਆ ਰਿਹਾ ਜਲਦੀ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿ ਹੈਲੋ ਹਾਂਜੀ ਹਾਂਜੀ ਕਾਕਾ ਜੀ ਹਾਂਜੀ 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 हाँ हाँ बस 10 मिनट का रास्ता रहेगा 10 मिनट च पहुँच जाना जी अपने 10 मिनट लगन गए बस वो तो वह 15 मिनट ला लो जी 15 मिनट मैं थोड़े को पटियाले पहुँच जाना बस मैं तैयार है जी मेरा फुल फ्लैश तैयारी है सारी तुसी मीटिंग रखो काका जी मैं पहुँच गया थोड़े को ओके ओके। वाहेगुरु 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 पाने यार गड्डी बहुत होर तेज चला तेन पता है लेट हो रहे हैं तू गड्डी बड़ी स्लो स्लो चलाना है ठीक है सरदार साहब जल्दी कर। हावी की हाल है तेरा बड़ा घैंट मैसेज भेजा हाय हाय दूजी सनी लियो लगती है हाँ हाँ बड़ी वधिया नज़ारा आ गया ठीक है बहुत वधिया देख के मज़ा ही आ गया फिल्म तो चल ठीक है ओके फिर भेजदा रह कर फिल्म यहाँ ओके।
ਭਾਨਿਆ ਕੀ ਹੋ ਗਿਆ ਗੱਡੀ ਨੂੰ? ਸਰਦਾਰ ਸਾਹਿਬ ਲਾਉਂਦਾ ਰੈਡੀਏਟਰ ਹੀ ਤਾਂ ਲੀਕ ਹੋ ਗਿਆ ਜੀ। ਯਾਰ ਅੱਜ ਤਾਂ ਆਪਾਂ ਪਹਿਲੇ ਹੀ ਬਹੁਤ ਲੇਟ ਹਾਂ, ਤੈਨੂੰ ਪਤਾ ਆਪਾਂ ਜਲਦੀ ਪਹੁੰਚਣਾ ਸੀਗਾ। ਛੱਡ ਯਾਰ, ਲਾਲੀ ਮੋਟਰ ਗੈਰੇਜ ਤੋਂ ਬੋਲਦੇ ਹੋ? ਹਾਂ ਯਾਰ, ਉਹ ਗੱਡੀ ਆਪਣੀ ਖਰਾਬ ਹੋ ਗਈ ਡਸਟਰ, ਨਾਭੇ ਤੋਂ 5 ਕਿਲੋਮੀਟਰ ਅੱਗੇ, ਹਾਂ ਪਟਿਆਲੇ ਜਾਂਦੇ ਜਾਂਦੇ ਰਸਤੇ 'ਚ ਲੋਹਰਾ ਪਿੰਡ ਵਾਲੀ ਸਾਈਡ ਤੋਂ ਆ ਰਹੇ ਸੀਗੇ, ਰਸਤੇ 'ਚ ਖਰਾਬ ਹੋ ਗਈ। ਘੰਟਾ ਲੱਗੂਗਾ, ਕੋਸ਼ਿਸ਼ ਕਰੋ ਜਿੰਨੀ ਜਲਦੀ ਆ ਸਕਦੇ ਹੋ। ਹਾਂ ਹਾਂ, ਜਿੰਨੀ ਜਲਦੀ ਕੋਸ਼ਿਸ਼ ਕਰ ਸਕਦੇ ਓਨੀ ਜਲਦੀ ਆ ਜਾਓ। ਹਾਂਜੀ ਹਾਂਜੀ, ਖਾਲੀ ਜੀ ਖਾਲੀ, ਰੋਟੀ ਖਾਲੀ। ਤੂੰ ਬਾਹਲੇ ਫੋਨ ਨਾ ਕਰ, ਫੋਨ ਰੱਖ ਨੀਚੇ, ਤੈਨੂੰ ਮੈਂ 15 ਮਿੰਟ ਤੱਕ ਕਰਦਾ। ਅੱਜ ਤਾਂ ਸਾਲਾ ਦਿਨ ਹੀ ਖਰਾਬ ਹੈ ਤੇਰੀ, ਅੱਜ ਹੀ ਆਉਣਾ। ਨਾ ਸਵੇਰ ਦੀ ਰੋਟੀ ਨਸੀਬ ਹੋਈ, ਨਾ ਦੁਪਹਿਰ ਦੀ ਹੋਈ, ਸ਼ਾਮ ਹੋਣ 'ਤੇ ਆ ਗਈ। ਸਰਦਾਰ ਸਾਹਿਬ, ਜੇ ਬੁਰਾ ਨਾ ਮੈਨੂੰ ਤਾਂ ਇੱਕ ਗੱਲ ਕਹਾਂ, ਰੋਟੀ ਤਾਂ ਮੈਂ ਵੀ ਨਹੀਂ ਸਵੇਰ ਦੀ ਖਾਧੀ, ਜੇ ਤੁਸੀਂ ਇੱਕ ਰੋਟੀ ਤੁਸੀਂ ਦੇ ਕੇ ਇੱਕ ਰੋਟੀ ਮੈਂ ਖਾ ਲਵਾਂ। ਦੋ ਥਾਂ ਤੇਰੇ ਕੋਲ ਰੋਟੀਆਂ ਨੇ, ਇਹਦੇ 'ਚੋਂ ਮੈਨੂੰ ਕੀ ਦੇਵੇਂਗਾ ਅਤੇ ਆਪ ਕੀ ਖਾਏਗਾ? ਜਨਾਬ ਤੁਹਾਡਾ ਤਾਂ ਪਤਾ ਨਹੀਂ, ਮੇਰਾ ਲੇਕਿਨ ਬਣ ਜੂ। ਸਰਦਾਰ ਸਾਹਿਬ, ਨਾ ਤਾਂ ਮੈਂ ਜਲਦੀ 'ਚ ਗੁਰਦੁਆਰੇ ਜਾਂਦਾ ਅਤੇ ਨਾ ਦਿਖਾਵੇ ਲਈ ਮੈਂ ਕੀਰਤਨ ਸੁਣਦਾ। ਬਾਬਾ ਨਾਨਕ ਦੀ ਦਿੱਤੇ ਹੋਏ ਵਚਨਾਂ ਨਾਲ ਉਹ ਨਿਭਾਉਣ ਦੀ ਸਖ਼ਤ ਕੋਸ਼ਿਸ਼ ਕਰ ਰਿਹਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।